ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਜੀ ਨੇ ਅੱਜ ਇੱਕ ਅਹਿਮ ਫੈਸਲਾ ਲਿਆ ਹੈ ਜਿਹਦੇ ਨਾਲ ਤੁਹਾਨੂੰ ਰੂਬਰੂ ਕਰਾਉਣ ਲਈ ਜਾਂ ਤੁਹਾਡੇ ਰਾਹੀਂ ਪੰਜਾਬ ਨੂੰ ਰੂਬਰੂ ਕਰਾਉਣ ਵਾਸਤੇ ਮੈਂ ਹਾਜ਼ਰ ਹੋਇਆ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਲਗਾਤਾਰ ਮਾਨ ਸਾਹਿਬ ਦੀ ਸਰਕਾਰ ਪੰਜਾਬ ਦੇ ਹਰੇਕ ਵਰਗ ਵਾਸਤੇ ਹਰੇਕ ਤਰੀਕੇ ਨਾਲ ਉਹਨਾਂ ਦੀ ਬਿਹਤਰੀ ਲਈ ਵੱਧ ਤੋਂ ਵੱਧ ਸਰਕਾਰ ਜਿਹੜੀ ਹੈ ਐਫਰਟ ਕਰ ਰਹੀ ਹੈ। ਇਸ ਕੜੀ 'ਚ ਆਪਾਂ ਪਿਛਲੇ ਦਿਨਾਂ 'ਚ ਦੇਖਿਆ ਕਿ ਜੇ ਪੀਪਲ ਵੈਲਫੇਅਰ ਦੀ ਗੱਲ ਕਰੀਏ ਤਾਂ 90% ਤੋਂ ਵੱਧ ਬਿਜਲੀ ਲੋਕਾਂ ਨੂੰ ਫ੍ਰੀ ਮਿਲੀ ਹੈ। ਕਿਸਾਨਾਂ ਦੀ ਗੱਲ ਕਰੀਏ ਤਾਂ 13,000 ਤੋਂ ਵੱਧ ਖਾਲਾਂ ਨਵੀਆਂ ਕੂਲਾਂ ਬਣਾ ਕੇ ਪਾਣੀ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਹੈ। ਜੇ ਨੌਕਰੀਆਂ ਦੀ ਗੱਲ ਕਰੀਏ ਤਾਂ 40,000 ਦੇ ਕਰੀਬ ਜੇ ਨੌਕਰੀਆਂ ਦਿੱਤੀਆਂ ਅਤੇ ਔਨ ਮੈਰਿਟ ਦਿੱਤੀਆਂ। ਕੋਈ ਇਹ ਨਹੀਂ ਕਹਿ ਸਕਦਾ ਕਿ ਕੋਈ ਸਿਫਾਰਿਸ਼ ਭਾਈ ਭਤੀਜਾਬਾਦ ਹੋਇਆ। ਅਤੇ ਜੇ ਗੱਲ ਕਰੀਏ ਰੈਵਨਿਊ ਦੀ ਤਾਂ ਲਗਾਤਾਰ ਪੰਜਾਬ ਦੇ ਹਰੇਕ ਮਹਿਕਮੇ ਦਾ, ਚਾਹੇ ਉਹ ਐਕਸਾਈਜ਼ ਹੋਵੇ, ਚਾਹੇ ਟਰਾਂਸਪੋਰਟ ਹੋਵੇ, ਚਾਹੇ ਤਮਾਮ ਜਿਹੜੇ ਉਹ ਮਹਿਕਮੇ ਦਾ ਰੈਵਨਿਊ ਕਲੈਕਸ਼ਨ ਵਧਿਆ, ਨਾਲ ਨਾਲ ਜਿਹੜੀ ਕਰਪਸ਼ਨ 'ਤੇ ਠੱਲ ਪਈ ਹੈ। ਔਰ ਸਾਡਾ ਜਿਹੜਾ ਅਹਿਮ ਵਰਗ ਹੈ ਕਰਮਚਾਰੀ ਵਰਗ, ਉਹਨੂੰ ਲੈ ਕੇ ਅੱਜ ਮਾਨ ਸਾਹਿਬ ਦੀ ਸਰਕਾਰ ਨੇ ਇੱਕ ਅਹਿਮ ਫੈਸਲਾ ਲਿਆ ਹੈ ਕਿ ਅੱਜ ਪੰਜਾਬ ਸਰਕਾਰ ਨੇ 4% DA ਦੀ ਬੜੋਤਰੀ ਜਿਹੜਾ ਆ ਪੰਜਾਬ ਦੇ ਜਿਹੜੇ ਇੰਪਲੋਈਜ਼ ਹੈ ਇੰਪਲੋਈਜ਼ ਵਾਸਤੇ ਕੀਤੀ ਹੈ। 1 ਜਨਵਰੀ 2023 ਤੋਂ ਇਹ ਜਿਹੜਾ ਲਾਗੂ ਹੋਊਗਾ। ਮੈਂ ਤੁਹਾਨੂੰ ਐਗਜੈਕਟ ਦੱਸ ਦਿੰਦਾ ਅਤੇ ਇਹਦੇ 'ਚ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਡੇ ਤਕਰੀਬਨ 3.5 ਲੱਖ ਪੈਨਸ਼ਨਰ ਅਤੇ 3,25,000 ਜਿਹੜੇ ਇੰਪਲੋਈ ਆ ਇਹਦੇ 'ਚ ਕਵਰ ਹੋਣਗੇ। 1100 ਕਰੋੜ ਰੁਪਏ ਦਾ ਜਿਹੜਾ ਪੰਜਾਬ ਦੇ ਖਜ਼ਾਨੇ 'ਤੇ ਜਿਹੜਾ ਆ ਇਹਦਾ ਅਸਰ ਹਰ ਸਾਲ ਖਰਚਾ ਵਧੂਗਾ। ਔਰ ਪੰਜਾਬ ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਆਪਣੇ ਕਰਮਚਾਰੀਆਂ ਲਈ ਜਿਹੜੇ ਲਗਾਤਾਰ ਦਿਨ ਰਾਤ ਮਿਹਨਤ ਕਰਕੇ ਪੰਜਾਬ ਨੂੰ ਤਰੱਕੀਆਂ ਦੇ ਰਾਹ 'ਤੇ ਲੈ ਕੇ ਜਾ ਰਹੇ ਉਹਨਾਂ ਦੀ ਬਿਹਤਰੀ ਲਈ ਵੱਧ ਤੋਂ ਵੱਧ ਕੰਮ ਕਰੀਏ। ਪਿਛਲੇ ਦਿਨਾਂ 'ਚ ਅਸੀਂ 12,000 ਜੇ ਟੀਚਰ ਪੱਕੇ ਕੀਤੇ ਆ, ਉਹਦੇ ਪਿੱਛੇ ਹੀ ਮਕਸਦ ਸੀ। ਕਈ ਕਈ ਸਾਲ ਹੋ ਗਏ, ਦਹਾਕੇ ਹੋ ਗਏ ਕਿ ਜਿਹੜੇ ਕੰਟਰੈਕਟ 'ਤੇ ਜਾਂ ਗੈਸਟ ਲੈਕਚਰਾਰ ਫੈਕਲਟੀ ਦੇ ਰੂਪ 'ਚ 5-5, 10-10 ਹਜ਼ਾਰ 'ਤੇ ਆਪਣਾ ਘਰ ਬਾਰ ਬੜਾ ਔਖਾ ਤਰੀਕੇ ਨਾਲ ਚਲਾ ਰਹੇ ਸੀ, ਉਹਨਾਂ ਨੂੰ ਪੱਕਾ ਕੀਤਾ। ਨਾਲ ਨਾਲ ਚਾਹੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦਾ ਪੇ ਸਕੇਲ ਲਾਗੂ ਕਰਨ ਦੀ, UGC ਪੇ ਸਕੇਲ ਲਾਗੂ ਕਰਨ ਦੀ ਗੱਲ ਹੋਵੇ ਜਿਹੜੇ ਯੂਨੀਵਰਸਿਟੀ ਔਰ ਕਾਲਜ ਲੈਕਚਰਾਰ ਹੈ ਯੂਨੀਵਰਸਿਟੀ ਪ੍ਰੋਫੈਸਰਸ 'ਤੇ। ਸੋ ਤਮਾਮ ਤਰੀਕੇ ਨਾਲ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਹਰੇਕ ਵਰਗ ਲਈ ਦਿਨ ਰਾਤ ਜਿਹੜਾ ਆ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੀ ਬਿਹਤਰੀ ਲਈ, ਨਾਲ ਨਾਲ ਉਹਨਾਂ ਦੇ ਰਾਹੀਂ ਪੰਜਾਬ ਦੀ ਬਿਹਤਰੀ ਲਈ ਕੰਮ ਕਰ ਰਿਹਾ। ਔਰ ਉਸੇ ਕੜੀ 'ਚ ਹੀ ਅੱਜ ਜਿਹੜਾ 4% DA ਜਿਹੜਾ ਕਈ ਮਤਲਬ ਦਿਨਾਂ ਤੋਂ ਮੰਗ ਵੀ ਚੱਲ ਰਹੀ ਸੀ, ਉਹ ਅੱਜ ਬੜੇ ਹੀ ਸੁਖਾਵੇਂ ਮਾਹੌਲ 'ਚ ਮਾਣਯੋਗ ਮੁੱਖ ਮੰਤਰੀ ਜੀ ਨੇ ਮੀਟਿੰਗ ਵੀ ਕੀਤੀ ਜਿਹੜੀਆਂ ਸਾਡੀਆਂ ਇੰਪਲੋਈ ਯੂਨੀਅਨਸ ਨੇ। ਔਰ ਤੁਸੀਂ ਦੇਖਿਆ ਤੁਹਾਡੇ ਕਈ ਮੀਡੀਆ ਦੇ ਸਾਥੀਆਂ ਨੇ ਕਵਰ ਕੀਤਾ ਹੈ
ਮੁੱਖ ਮੰਤਰੀ ਜੀ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਬਾਕੀ ਜਿਹੜੇ ਮਸਲੇ ਉਹਨਾਂ ਦੇ ਕਈ ਮਿਸਲੇਨੀਅਸ, ਉਹਨਾਂ ਨੂੰ ਲੈ ਕੇ ਅਫਸਰ ਸਾਹਿਬਾਨਾਂ ਦੀ ਇੱਕ ਕਮੇਟੀ ਜਿਹੜੀ ਹੈ ਉਹ ਬਣਾ ਰਹੇ ਆ, ਔਰ ਉਹਦੇ 'ਚ ਇੰਪਲੋਈ ਯੂਨੀਅਨ ਦੇ ਜਿਹੜਾ ਨੁਮਾਇੰਦਾ ਉਹਨੂੰ ਵੀ ਰੱਖਿਆ ਜਾਊਗਾ। ਓਲਡ ਪੈਨਸ਼ਨ ਸਕੀਮ ਨੂੰ ਲੈ ਕੇ ਵੀ ਇੱਕ ਇਸ਼ੂ ਸੀ ਜਿਹਨੂੰ ਲੈ ਕੇ ਮੁੱਖ ਮੰਤਰੀ ਜੀ ਨੇ ਇਹ ਇਨਸ਼ੋਰ ਕੀਤਾ ਹੈ ਯੂਨੀਅਨਸ ਨੂੰ ਕਿ ਐਜ ਸੂਨ ਐਜ ਪੋਸੀਬਲ ਜਿਹੜਾ ਆ ਕੇਂਦਰ ਸਰਕਾਰ ਨਾਲ ਓਲਡ ਪੈਨਸ਼ਨ ਸਕੀਮ ਨੂੰ ਜਿਹੜਾ ਹੈ ਟੇਕਅਪ ਕੀਤਾ ਜਾਊਗਾ। ਔਰ ਅੱਜ 4% DA ਦੀ ਬੜੋਤਰੀ ਉਸੇ ਹੀ ਦਿਸ਼ਾ 'ਚ ਇੱਕ ਅਹਿਮ ਕਦਮ ਹੈ, ਇੱਕ ਅਹਿਮ ਫੈਸਲਾ ਆ। ਔਰ ਸਾਡੇ ਕਰਮਚਾਰੀਆਂ ਦੀ ਜਿਹੜੀ ਮੰਗ ਸੀ, ਕਰਮਚਾਰੀਆਂ ਦਾ ਜਿਹੜਾ ਹੱਕ ਸੀ ਉਹਨੂੰ ਕੰਸੀਡਰ ਕਰਦੇ ਹੋਏ ਪੰਜਾਬ ਸਰਕਾਰ ਨੇ ਅਹਿਮ ਫੈਸਲਾ ਲਿਆ। ਸੋ ਪੰਜਾਬ ਦੇ ਸਾਰੇ ਹੀ ਪੰਜਾਬੀਆਂ ਨੂੰ ਤੁਹਾਡੇ ਰਾਹੀਂ ਮੈਂ ਸਿਰਫ ਇਹੀ ਬੇਨਤੀ ਕਰੂੰਗਾ ਕਿ ਤੁਸੀਂ ਜਿਸ ਉਮੀਦਾਂ ਨਾਲ, ਜਿਸ ਭਰੋਸੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੂੰ ਐਡਾ ਵੱਡਾ ਮੰਡੇਟ ਦਿੱਤਾ ਹੈ, ਮਾਨ ਸਾਹਿਬ ਲਗਾਤਾਰ ਹਰੇਕ, ਚਾਹੇ ਉਹ ਜਵਾਨੀ ਦੀ ਗੱਲ, ਕਿਸਾਨੀ ਦੀ ਗੱਲ, ਕਰਮਚਾਰੀਆਂ ਦੀ ਗੱਲ, ਕਾਰੋਬਾਰੀਆਂ ਦੀ ਗੱਲ, ਹਰੇਕ ਵਰਗ ਵਾਸਤੇ ਲਗਾਤਾਰ ਮਿਹਨਤ ਕਰ ਰਹੇ ਔਰ ਅਸੀਂ ਸਾਰਿਆਂ ਨੇ ਮਿਲ ਕੇ, ਹਰੇਕ ਵਰਗ ਨੇ ਮਿਲ ਕੇ ਪੰਜਾਬ ਨੂੰ ਤਰੱਕੀਆਂ ਦੀਆਂ ਨਵੀਆਂ ਜਿਹੜੀਆਂ ਉਚਾਈਆਂ 'ਤੇ ਲੈ ਕੇ ਜਾਣਾ ਹੈ, ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਉਣਾ। ਉਹ 'ਚ ਸਾਡੇ ਕਰਮਚਾਰੀ ਭਰਾਵਾਂ ਦੀ ਬਹੁਤ ਵੱਡਾ ਅਹਿਮੀਅਤ ਹੈ, ਰੋਲ ਹੈ। ਸੋ ਉਹਨਾਂ ਨੂੰ ਅੱਜ ਇੱਕ ਖੁਸ਼ਖਬਰੀ ਹੈ ਔਰ ਉਹਨਾਂ ਦਾ ਇਸ ਗੱਲ ਹੀ ਅਸੀਂ ਧੰਨਵਾਦ ਵੀ ਕਰਦੇ ਹਾਂ ਕਿ ਲਗਾਤਾਰ ਦਿਨ ਰਾਤ ਮਿਹਨਤ ਕਰਕੇ ਉਹ ਪੰਜਾਬ ਦੀ ਤਰੱਕੀ 'ਚ ਆਪਣਾ ਵੱਡਾ ਯੋਗਦਾਨ ਪਾ ਰਿਹਾ। ਪੰਜਾਬ ਸਰਕਾਰ ਹਰੇਕ ਪੰਜਾਬੀ ਦੇ ਨਾਲ ਡਟ ਕੇ ਖੜ੍ਹੀ, ਉਹਨਾਂ ਦੇ ਹੱਕ ਲਈ, ਉਹਨਾਂ ਦੇ ਫਾਇਦੇ ਲਈ, ਉਹਨਾਂ ਦੀਆਂ ਜ਼ਰੂਰਤਾਂ ਲਈ ਲਗਾਤਾਰ ਪੰਜਾਬ ਸਰਕਾਰ ਅੱਗੇ ਵੱਧਦੀ ਰਹੂਗੀ, ਉਹਨਾਂ ਦਾ ਸਾਥ ਦਿੰਦੀ ਰਹੂਗੀ। ਸੋ ਬਹੁਤ ਧੰਨਵਾਦ। ਤੁਹਾਡਾ ਇਸ ਵਿਸ਼ੇ 'ਤੇ ਕੋਈ ਸਵਾਲ ਹੋਵੇ ਤਾਂ ਤੁਸੀਂ ਕਰ ਸਕਦੇ। ਸੋਰੀ, ਮੈਂ ਉਹਦੇ 'ਚ ਥੋੜ੍ਹਾ ਜਿਹਾ, 1 ਦਸੰਬਰ 1 ਦਸੰਬਰ ਹਾਂ 1 ਦਸੰਬਰ 2023 ਤੋਂ ਹੈ ਉਹ ਮੇਰੇ। ਹਾਂਜੀ, ਨਹੀਂ ਉਹ ਤਾਂ ਤੁਸੀਂ, ਮੈਂ ਦੇਖ ਰਿਹਾ ਸੀ ਤੁਹਾਡੇ ਸਾਥੀ, ਮੇਰੇ ਤੁਹਾਡੇ ਵਰਗੇ ਮੀਡੀਆ ਦੇ ਸਾਥੀਆਂ ਨਾਲ ਗੱਲਬਾਤ। ਦੇਖੋ, ਸੰਵਾਦ ਵਾਸਤੇ ਮਾਣਯੋਗ ਮੁੱਖ ਮੰਤਰੀ ਜੀ ਨੇ ਹਮੇਸ਼ਾ ਹੀ ਪਹਿਲ ਕੀਤੀ ਆ, ਚਾਹੇ ਉਹ ਕਿਸਾਨ ਯੂਨੀਅਨ ਹੋਵੇ, ਇੰਪਲੋਈ ਯੂਨੀਅਨ ਹੋਣ, ਚਾਹੇ ਟੀਚਰਸ ਯੂਨੀਅਨਸ ਹੋਣ, ਕਿਉਂਕਿ ਸਰਕਾਰ ਸਾਰਿਆਂ ਨਾਲ ਮਿਲ ਕੇ ਚੱਲਦੀ ਹੈ, ਸਾਰੇ ਵਰਗਾਂ ਦੀ ਸਰਕਾਰ। ਸੋ ਠੀਕ ਹੈ, ਕਦੀ ਕਿਉਂਕਿ ਰੁਝੇਵੇਂ ਵੀ ਬਹੁਤ ਹੁੰਦੇ ਆ ਮੁੱਖ ਮੰਤਰੀ ਜੀ ਦੇ, ਇਸ ਦੇ ਬਾਵਜੂਦ ਵੀ ਅਸੀਂ ਮੈਕਸੀਮਮ ਕੋਸ਼ਿਸ਼ ਕਰਦੇ ਹਾਂ ਹਰੇਕ ਨਾਲ ਸੰਵਾਦ ਕਰਕੇ ਮਸਲਿਆਂ ਨੂੰ। ਔਰ ਇਸ ਗੱਲ ਨੂੰ ਅੱਜ ਇੰਪਲੋਈ ਯੂਨੀਅਨ ਨੇ ਵੀ ਰਿਕੋਗਨਾਈਜ਼ ਕੀਤਾ ਕਿ ਇਹ ਧਰਨੇ ਪ੍ਰਦਰਸ਼ਨ ਦੀ ਬਜਾਏ ਅਸੀਂ ਸੰਵਾਦ ਦੇ ਰਾਹੀਂ ਮਸਲਿਆਂ ਦਾ ਹੱਲ ਕੱਢੀਏ, ਕਿਉਂਕਿ ਮਸਲਿਆਂ ਦਾ ਹੱਲ ਤਾਂ ਸਾਰਿਆਂ ਨੇ ਮਿਲ ਕੇ ਹੀ ਕੱਢਣਾ ਹੈ। ਔਰ ਸਰਕਾਰ ਦੀ ਮੰਸ਼ਾ ਵੀ ਪੰਜਾਬ ਨੂੰ ਅੱਗੇ ਲਿਜਾਣ ਦੀ ਹੈ, ਅਤੇ ਸਾਰੇ ਵਰਗਾ ਜਿਹੜੇ, ਚਾਹੇ ਇੰਪਲੋਈ ਯੂਨੀਅਨ ਹੈ ਸਾਡੇ ਬਾਕੀ, ਉਹਨਾਂ ਦਾ ਅਲਟੀਮੇਟਲੀ ਗੋਲ ਤਾਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ।